ਫਿਰਦੀ ਫਿਰਦੀ ਨਾਨਕ ਜੀਓ ਹਾਂ ਫਾਵੀ ਥੀ। ਫਾਵੀ ਅੱਧੀ ਕਮਲੀ, ਅੱਧੀ ਕਮਲੀ, ਦੁਨੀਆ ਨੇ ਮੈਨੂੰ ਅੱਧੀ ਕਮਲੀ ਕਰ ਦਿੱਤਾ। ਫਿਰਦੀ ਫਿਰਦੀ ਨਾਨਕ ਜੀਓ ਹਾਂ ਫਾਵੀ ਥੀ। ਫਿਰਦੀ ਫਿਰਦੀ ਨਾਨਕ ਜੀਓ ਹਾਂ ਫਾਵੀ ਥੀ। ਬਹੁਤ ਦਿਸਾਵਰ ਪੰਦਾ, ਬਹੁਤ ਦਿਸ਼ਾ ਵੱਲ ਭੱਜੀ ਫਿਰਦੀ ਰਹੀ, ਜਿੱਧਰ ਵੀ ਮਨ ਨੇ ਕਿਹਾ ਉੱਧਰ ਹੀ। ਬਹੁਤ ਦਿਸਾਵਰ ਪੰਦਾ, ਪੰਦਾ ਪੰਦ ਸਫ਼ਰ ਕੀਤੇ ਬਹੁਤ, ਬਹੁਤ ਦਿਸ਼ਾ 'ਚ ਕਈ ਪਾਸੇ ਗਈ, ਅਤੇ ਹੁਣ ਅੱਧੀ ਕਮਲੀ ਹੋ ਗਈ। ਸ਼ਾਂਤੀ ਨਹੀਂ ਮਿਲੀ, ਸੁੱਖ ਨਹੀਂ ਮਿਲਿਆ, ਸਗੋਂ ਨੀਂ ਪਾਗਲ ਹੋ ਗਿਆ। ਆਈ ਹੈਵ ਬਿਨ ਵਾਂਡਰਿੰਗ ਇਨ ਦਿਸ ਵਰਲਡਲੀ ਜੰਗਲ ਐਂਡ ਦ ਰੇਸ ਆਫ ਲਾਈਫ ਹੈਜ਼ ਮੇਡ ਮੀ ਹੈਵ ਕਰੇਜ਼ੀ। I have been all around, my hands are empty, there's nothing valuable in my hands. All I got in return from all the running around is craziness, half craziness. ਫਿਰਦੀ ਫਿਰਦੀ ਨਾਨਕ ਜੀਓ। ਆਪਣਾ ਮਨ ਜੇ ਸਰੀਰ ਕਰਕੇ ਆਪਾਂ ਕਦੀ ਬੈਠ ਵੀ ਜਾਈਏ ਕਿਸੇ ਜਗ੍ਹਾ, ਪਰ ਮਨ ਨਹੀਂ ਬੈਠਦਾ, ਫਿਰ ਵੀ ਫਿਰਦਾ ਰਹਿੰਦਾ। ਫਿਰਦੀ ਫਿਰਦੀ ਨਾਨਕ ਜੀਓ ਹਾਂ ਫਾਵੀ ਥੀ। ਫਿਰਦੀ ਅੰਦਰ ਨੂੰ ਦੇਖਣਾ ਜੀ, ਅਤੇ ਮਹਿਸੂਸ ਕਰਨਾ ਕਿ ਇਹ ਸੱਚ ਹੈ, ਸੱਚ ਕਿ ਮੇਰੀ ਗੱਲ ਹੀ ਕਰ ਰਹੇ ਹਨ ਮਹਾਰਾਜ ਜੀ, ਮੇਰੀ ਗੱਲ ਹੀ ਕਰ ਰਹੇ। ਪਲੀਜ਼ ਫੀਲ ਯੂਰ ਇਨਸਾਈਟ ਐਂਡ ਵੰਸ ਵੀ ਡੂ ਦੈਟ ਵੀ ਵੁੱਡ ਰੀਅਲਾਈਜ਼ ਦੈਟ ਦਿਸ ਇਜ਼ ਮਾਈ ਕੰਡੀਸ਼ਨ, ਹੀ ਇਜ਼ ਟਾਕਿੰਗ ਅਬਾਊਟ ਮੀ। I have become half insane. The world has made me half insane. ਫਿਰਦੇ ਫਿਰਦੇ ਅਤੇ ਹੁਣ ਉਸ ਫਾਵੇਪੁਣ ਚੋਂ, ਕਰੇਜ਼ੀਨੈਸ ਚੋਂ ਬਾਹਰ ਆਉਣਾ ਜੀ, ਉਹਦੇ ਪਿਆਰ ਵਿੱਚ। ਹਾਂਜੀ, ਆਪਣੇ ਆਪ ਨੂੰ ਉਹਦੇ ਪਿਆਰ ਵਿੱਚ ਰੰਗ ਕੇ ਅਤੇ ਮਸਤੀ, ਮਸਤੀ ਨਾਲ ਬਾਹਰ ਆਇਆ ਜਾਣਾ, ਮਸਤੀ ਨਾਲ, ਸਿਆਣਪ ਨਾਲ ਨਹੀਂ, ਮਸਤੀ ਨਾਲ, ਉਹਦੇ ਪਿਆਰ ਦੀ ਮਸਤੀ ਨਾਲ। ਫਿਰਦੇ ਫਿਰਦੇ ਨਾਨਕ ਜੀਓ ਹਾਂ ਫਾਵੀ ਥੀ। ਫਿਰਦੇ ਫਿਰਦੇ ਨਾਨਕ ਜੀਓ ਹਾਂ ਫਾਵੀ ਥੀ। ਫਾਵੀ ਥੀ। ਫਿਰਦੀ ਫਿਰਦੀ ਨਾਨਕ ਜੀ।
Savar panda, I went in every direction. Bahut disavar panda, bahut disavar panda, bahut disavar panda, bahut disavar panda, bahut panda, bahut disavar panda, bahut disavar panda. Tahon sukh sukhali sutti. Jinna chir jadu chinta fikr khatam ho jaan, odo pehli vaar pata lagda hai कि इन्हां तो बिना जिंदगी किन्नी प्यारी. असल जिंदगी है ही वो जिदे विच चिंता फिक्र नहीं. आपां चिंता फिक्रां नूं दूर करन लई सारी उम्र दौड़े फिरदे रहिंदे, पर वो दूर नहीं हुंदे. फिर भी अग दे समुंदर विच, अग दे समुंदर विच रह के अग नूं दूर करदे रहिंदे. महाराज जी कहते इन दूर नहीं होना, तू इस समुद्र में बाहर आ जा. सुख सुखाली सुती. पहली बार पता लगा कि सुख किसनू आख दे. पहला समझ रखे सी कि सोने बिस्तरे सोने घर ही सुख सुख हैं. फिर पता लगा कि इत कहानी हो रही है. हो सुख सुखाली सुती, हो सुख सुखाली सुती, जां गुर मिल सज्जन लद्दा. When I met my beloved with the grace of the Guru, then I became all stress-free, tension-free, worry-free, and the life became so beautiful. I got surrounded by the peace, by bliss, by deep, lasting happiness. Until then, the life was a torture. ताहों सुख सुखाली सुती, ताहों सुख सुखाली सुती, ताहों सुख सुखाली सुती, ताहों सुख सुखाली सुती, जां गुर मिल सज्जन लद्दा. जां गुर मिल सज्जन लद्दा, 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 जां गुर मिल सज्जन.
ਜਾ ਗੁਰ ਮਿਲ ਸੱਜਣ ਲੱਦਾ ਜਾ ਜਾਂ ਗੁਰ ਮਿਲ ਸੱਜਣ ਲੱਦਾ ਗੁਰ ਮਿਲ ਸੱਜਣ ਲੱਦਾ ਗੁਰ ਮਿਲ ਸੱਜਣ ਲੱਦਾ ਵਿਚਾਰ ਰਹੇ ਹਾਂ ਅਤੇ ਮਹਾਰਾਜ ਜੀ ਕਹਿੰਦੇ ਕਿ ਜੋ ਅੱਖਰ ਹਨ ਅੱਖਰਾਂ ਨਾਲ ਹਰ ਇੱਕ ਚੀਜ਼ ਜੋ ਵੀ ਦਿਸਦੀ ਹੈ ਉਹ ਚੀਜ਼ ਅੱਖਰਾਂ ਨਾਲ ਬਿਆਨ ਕੀਤੀ ਜਾ ਸਕਦੀ ਹੈ, ਉਹਦੀ ਗੱਲ ਕੀਤੀ ਜਾ ਸਕਦੀ ਹੈ ਅੱਖਰਾਂ ਨਾਲ। ਬਹੁਤ ਪਿਆਰੇ ਬਚਨ, ਐੜੇ ਐੜੇ ਦੱਸਦੇ ਕਿ ਐੜਾ ਅੱਖਰ ਦਾ ਮਤਲਬ ਕੀ ਹੈ। ਐੜੇ ਅੱਖਰ ਦਾ ਕਹਿੰਦੇ ਅੱਖਰ ਮਹਿ ਤ੍ਰੇ ਪਵਨ ਪ੍ਰਭ ਤਾਰੇ। ਮਹਾਰਾਜ ਜੀ ਕਹਿੰਦੇ ਕਿ ਜਿੰਨੀ ਵੀ ਸ੍ਰਿਸ਼ਟੀ ਸਾਜੀ ਹੈ ਪਰਮਾਤਮਾ ਨੇ, ਜੋ ਕੁਛ ਇਸ ਵਿੱਚ ਹੈ, ਉਹਨਾਂ ਦੇ ਨਾਂ ਦੁਨੀਆ ਨੇ ਰੱਖੇ ਹੋਏ ਹਨ ਅੱਖਰਾਂ ਨਾਲ, ਅਤੇ ਉਹਨਾਂ ਬਾਰੇ ਉਹਨਾਂ ਅੱਖਰਾਂ ਨਾਲ ਗੱਲ ਕੀਤੀ ਜਾ ਸਕਦੀ। ਅੱਖਰ ਮੈਂ ਤ੍ਰੇ ਪਵਨ ਪ੍ਰਭ ਤਾਰੇ, ਅੱਖਰ ਕਰ ਕਰ ਵੇਦ ਵਿਚਾਰੇ। ਅਤੇ ਵੇਦ ਜੋ ਹਿੰਦੂ ਧਰਮ ਵਿੱਚ ਵੇਦ ਹਨ, ਸ਼ਾਸਤਰ ਹਨ, ਸਿਮਰਤੀਆਂ ਹਨ, ਪੁਰਾਣ ਹਨ, ਕਹਿੰਦੇ ਕਿ ਉਹ ਵੀ ਅੱਖਰਾਂ ਨਾਲ ਹੀ ਲਿਖੇ ਗਏ ਹਨ, ਅੱਖਰਾਂ ਨਾਲ ਹੀ ਉਹਨਾਂ ਵਿੱਚ ਵੀ ਗੱਲਬਾਤ ਕੀਤੀ ਗਈ ਹੈ। ਅੱਖਰ ਮੈਂ ਤ੍ਰੇ ਪਵਨ ਪ੍ਰਭ ਤਾਰੇ, ਅੱਖਰ ਕਰ ਕਰ ਵੇਦ ਵਿਚਾਰੇ। ਅੱਖਰ ਅੱਖਰ ਸ਼ਾਸਤਰ ਸਿਮਰਤ ਪੁਰਾਣਾ, ਛੇ ਸ਼ਾਸਤਰ ਹਨ ਹਿੰਦੂਆਂ ਦੇ, ਜੋ ਛੇ ਰਿਸ਼ੀਆਂ ਨੇ ਲਿਖੇ। ਉਹ ਰਿਸ਼ੀਆਂ ਨੂੰ
ਗੁਰੂ ਮੰਨਿਆ ਜਾਂਦਾ ਹੈ, ਜਿਸ ਤਰ੍ਹਾਂ ਸਪਤ ਰਿਸ਼ੀ, ਬ੍ਰਹਮਾ ਰਿਸ਼ੀ, ਜਿਸ ਨੂੰ ਮਹਾਰਾਜ ਜੀ ਗੁਰਬਾਣੀ ਵਿੱਚ ਛੇ ਕਰ ਆਖਦੇ, ਛੇ ਕਰ, ਛੇ ਗੁਰ, ਛੇ ਉਪਦੇਸ਼, ਕਿ ਉਹ ਛੇ ਰਿਸ਼ੀ ਹਨ, ਉਹਨਾਂ ਦੇ ਛੇ ਕਰ, ਮਤਲਬ ਕਿ ਛੇ ਉਹਨਾਂ ਦੇ ਉਹ ਸ਼ਾਸਤਰ ਹਨ, ਜੋ ਵਿਧੀਆਂ, ਛੇ ਉਪਦੇਸ਼, ਉਹਨਾਂ ਦੇ ਵੱਖਰੇ ਵੱਖਰੇ ਉਪਦੇਸ਼ ਹਨ, ਛੇ ਕਰ, ਛੇ ਛੇ ਕਰ, ਛੇ ਗੁਰ, ਛੇ ਉਪਦੇਸ਼, ਛੇ ਸ਼ਾਸਤਰ ਹਨ। ਫਿਰ ਸਿਮਰਤੀਆਂ ਹਨ, 27 ਸਿਮਰਤੀਆਂ ਪੁਰਾਣ, ਇਹਨਾਂ ਵਿੱਚ ਬਹੁਤੀ ਗੱਲ ਦਿਸਦੀ ਦੁਨੀਆ ਦੀ ਕੀਤੀ ਗਈ ਹੈ, ਅਤੇ ਕਰਮਕਾਂਡ ਦੀ ਗੱਲ ਹੈ ਕਿ ਕਿਸ ਕਰਮ ਦਾ ਕੀ ਫਲ ਹੈ, ਅਤੇ ਉਸ ਮਾੜੇ ਕਰਮਾਂ ਨੂੰ ਫਿਰ ਕਿਸ ਤਰ੍ਹਾਂ ਸਾੜਿਆ ਜਾ ਸਕਦਾ ਹੈ, ਜਿਸ ਤਰ੍ਹਾਂ ਹਵਨ ਕਰਨਾ, ਕੋਈ ਕਿਸੇ ਕਰਮ ਦਾ ਫਲ ਨਸ਼ਟ ਕਰਨ ਲਈ ਉਹ ਕਿਸ ਰੰਗ ਦੀ ਚੀਜ਼ ਦਾਨ ਕਰਨੀ, ਕਿਸ ਪ੍ਰਾਣੀ ਨੂੰ ਦਾਨ ਕਰਨੀ, ਕਦੋਂ ਦਿਨ ਵੇਲੇ ਜਾਂ ਰਾਤ ਦੇ ਕਿਸ ਟਾਈਮ ਦਾਨ ਕਰਨੀ, ਉਹ ਬਹੁਤ ਬਰੀਕ ਵਿੱਚ। ਪਰ ਮਹਾਰਾਜ ਜੀ ਇੱਥੇ ਕਹਿੰਦੇ ਕਿ ਨਾਮ ਜਪਣ ਨਾਲ ਸਭ ਕੁਛ, ਸਭ ਮਾੜੇ ਕਰਮ ਸੜ ਜਾਂਦੇ, ਕੁਛ ਹੋਰ ਕਰਨ ਦੀ ਲੋੜ ਨਹੀਂ। ਅੱਖਰ ਸ਼ਾਸਤਰ ਸਿਮਰਤ ਪੁਰਾਣਾ, ਅੱਖਰ ਨਾਦ ਕਥਨ ਬਖਾਨਾ। ਅਤੇ ਕਹਿੰਦੇ ਕਿ ਜਦੋਂ ਗਾਉਂਦੇ ਹਾਂ ਆਪਾਂ, ਤਾਂ ਉਹ ਵੀ ਅੱਖਰ ਹੀ ਗਾਉਂਦੇ ਹਾਂ, ਕਥਾ ਕਰਦੇ ਹਾਂ ਜਾਂ ਵਖਿਆਨ ਕਰਦੇ ਹਾਂ, ਉਹ ਵੀ ਅੱਖਰਾਂ ਨਾਲ ਹੀ ਹੁੰਦਾ ਹੈ। ਅੱਖਰ ਮੁਕਤ ਜੁਗਤ ਪੈ ਪਰਮਾ। ਅਤੇ ਜਦੋਂ ਮੁਕਤੀ ਦੀ ਗੱਲ ਕਰਦੇ ਹਾਂ, ਮੁਕਤ ਹੋਣ ਦੀ ਜੁਗਤੀ ਦੀ ਗੱਲ ਕਰਦੇ ਹਾਂ, ਜੋ ਡਰ ਹਨ ਜਾਂ ਪਰਮ ਹਨ, ਇਹਨਾਂ ਦੀ ਗੱਲ ਕਰਦੇ ਹਾਂ ਤਾਂ ਅੱਖਰਾਂ ਨਾਲ ਹੀ ਕਰਦੇ ਹਾਂ। ਅੱਖਰ ਕਰਮ ਕਿਰਤ ਸੁੱਚ ਧਰਮ, ਅਤੇ ਕਰਮ, ਹਰ ਇੱਕ ਕਰਮ ਦਾ ਫਲ ਕੀ ਹੈ, ਸੁੱਚ ਕਿਸ ਤਰ੍ਹਾਂ ਰੱਖਣੀ ਹੈ, ਦੁਨੀਆ ਤੋਂ ਸੁੱਚ, ਕਿ ਦੁਨਿਆਵੀ ਮਨ ਨਾ ਹੋ ਜਾਵੇ, ਉਹਦੇ ਤੋਂ ਕਿਸ ਤਰ੍ਹਾਂ ਸੁੱਚੇ ਰਹਿਣਾ, ਧਰਮ 'ਤੇ ਰਸਤੇ 'ਤੇ ਕਿਸ ਤਰ੍ਹਾਂ ਚੱਲਣਾ, ਇਹ ਵੀ ਗੱਲਬਾਤ ਅੱਖਰਾਂ ਨਾਲ ਹੀ ਹੁੰਦੀ ਹੈ। ਦ੍ਰਿਸ਼ਟ ਮਾਨ ਅੱਖਰ ਹੈ ਜਿੱਤ, ਕਹਿੰਦੇ ਜੋ ਕੁਛ ਵੀ ਉਹ ਦਿਸਦਾ ਹੈ ਉਹ ਅੱਖਰਾਂ ਨਾਲ ਬਿਆਨ ਕੀਤਾ ਜਾ ਸਕਦਾ ਹੈ। ਨਾਨਕ ਪਾਰ ਬ੍ਰਹਮ ਨਿਰਲੇਪਾ, ਕਹਿੰਦੇ ਕਿ ਪਰਮਾਤਮਾ ਜੋ ਇਹਨਾਂ, ਜੋ ਦਿਸਦਾ ਹੈ ਸਭ ਕੁਛ, ਇਹਦੇ ਤੋਂ ਪਰਾਂ ਪਰਮਾਤਮਾ ਹੈ ਜੋ ਦਿਸਦਾ ਨਹੀਂ, ਅਤੇ ਉਹ ਅੱਖਰਾਂ ਨਾਲ ਨਹੀਂ ਬਿਆਨ ਕੀਤਾ ਜਾ ਸਕਦਾ। ਦ੍ਰਿਸ਼ਟ ਮਾਨ, ਮਹਾਰਾਜ ਜੀ ਸੇਜ਼, ਐਵਰੀਥਿੰਗ ਵਿਚ ਇਜ਼ ਵਿਜ਼ੀਬਲ ਕੈਨ ਬੀ ਡਿਸਕ੍ਰਾਈਬਡ ਵਿਦ ਵਰਡਸ, can be talked about with words, but the creator cannot, there are no words which can describe him. Words can describe his creation, but not him. Drisht man akhar hai jeta, ke jo kuch disda hai wo akharan naal ਬਿਆਨ ਕੀਤਾ। ਨਾਨਕ ਪਾਰ ਬ੍ਰਹਮ ਨਿਰਲੇਪਾ, ਬਟ ਦ ਕ੍ਰੀਏਟਰ ਕੈਨੋਟ ਬੀ ਡਿਸਕ੍ਰਾਈਬਡ ਵਿਦ ਵਰਡਸ। ਅਤੇ ਫਿਰ ਇੱਕ ਭੇਦ ਦੱਸਦੇ, ਭੇਦ, ਇਸ ਭੇਦ ਨੂੰ ਐੜਾ ਅੱਖਰ ਦੇ ਵਿੱਚ ਭੇਦ ਦੱਸਦੇ, ਕਹਿੰਦੇ ਆਏ ਪ੍ਰਭ ਸਰਨਾਗਤੀ ਐੜਾ ਆਏ। ਮਹਾਰਾਜ ਜੀ ਸੇਜ਼, ਐੜਾ ਸਟੈਂਡਸ ਫਾਰ
akhar, words, and also aaye. Parmatma kol jana, odi sharan vich jana. Aaye prab sarnagati, kirpa nid dayal. Oh my beloved, I have come to your sanctuary, you ocean of grace and ocean of forgiveness. Aaye prab sarnagati, kirpa nid dayal. Aaye prab sarnagati, kirpa nid dayal. Kirpa nid dayal. Aaye. Maharaj ji kehnde jehda aa jave te auna sari di sari surti da hunda hai. Je surti vich khyal han, khaishan vich, te apan kadi unnan di sarn vich ja nahi sakte. Kadi dilon phir jo kuch mangange oh adde ja dil naal mangange. Te Maharaj ji kehnde जे कोई सारे दा सारा आ जावे तो फिर उन्हों असी एक अखर देंदे हाँ। बहुत आश्चर्य बचन, पहला बचन कीता कि हर एक चीज़ जो है वह अखरा नाल बयान की जा सकती, फिर दस दे एक अखर बहुत ही आश्चर्य है कि वह अखर परमात्मा नूं अपने अंदर वसा देंदा है। किंतु एक अखर होर है जो वो अखर साढ़े कोल ही है सिर्फ, कहिंदे ओ बाकी दे सारे अखर तो दुनिया दियां किताबां विच वेदां पुराणां च मिल जांदे, पर एक अखर वो सिर्फ साढ़े कोलों मिलदा। एक अखर केड़ा अखर जिहदे नाल हर मन बस बसत, एक अखर हर मन बसत, एक अखर वो है जिदे नाल परमात्मा अंदर वसन लग जाता। तो जो परमात्मा अंदर वस जाता तो फिर की होंदा, नानक होत निहाल, फिर निहाल हो निहाल। वो अखर सिर्फ महाराज जी कहिंदे जिहड़ा साडी शरण विच आवे सब कुछ छड्ड के, इहदा मतलब ये नहीं कि आपां कारोबार छड़ देना, तो सुरती सुरती विच है सब कुछ। कार अपने नाल तो नहीं तुरिया फिरदा ना, ना कार अपने नाल तुरी फिरदी, ना कोई होर चीज़ा, सिर्फ सुरती दे विच ओह चीज़ा हन ते सुरती अपने नाल है। सुरती विचों चीज़ा कढ़नियां, सुरती चों तो चीज़ा है नहीं असल विच अपने नाल, ते आपां लई फिरदे हां सुरती विच लई फिरदे हां जो कि झूठ है, क्योंकि असल विच तो अपने नाल नहीं चीज़ा, पर आपां एवें हनेरे विच सुरती च रख लईआं। सुरती चों चीज़ा कढ के महाराज जी कहिंदे जिहड़ा साडे कोल आवे ते उहनूं फिर असीं इक अखर दिंदे जिहड़ा उहनूं निहाल कर दिंदा। निहाल निहाल लफज दा कोई ना तर्जमा हो सकता, ना इनू
ਆਪਾਂ ਬਿਆਨ ਹੀ ਕਰ ਸਕਦੇ ਹਾਂ, ਅਤੇ ਜਿਹਦੇ ਅੰਦਰ ਪਰਮਾਤਮਾ ਵੱਸੇ ਫਿਰ ਉਹਨੂੰ ਹੀ ਪਤਾ ਲੱਗੂਗਾ ਜੀ ਕਿੰਨੇ ਹਾ। ਮਹਾਰਾਜ ਜੀ ਕਹਿੰਦੇ ਕਿ ਜਿਹਦੇ 'ਤੇ ਅਸੀਂ ਮਿਹਰ ਦੀ ਨਜ਼ਰ ਕਰੀਏ, ਜਿਨ ਕੋ ਨਦਰ ਕਰਮ ਤਿੰਨ ਕਾਰ। ਕਹਿੰਦੇ ਜੇ ਕੋਈ ਸਾਡੇ ਆਵੇ ਸ਼ਰਨਾਗਤੀ, ਉਹਦੇ 'ਤੇ ਅਸੀਂ ਮਿਹਰ ਦੀ ਨਜ਼ਰ ਕਰਦੇ ਅਤੇ ਉਹਨੂੰ ਫਿਰ ਇਸ ਕਾਰੇ ਲਾਉਂਦੇ ਹਾਂ, ਉਹਨੂੰ ਇਸ ਕਾਰੇ ਲਾਉਂਦੇ ਸੱਚੀ ਕਾਰੇ, ਅਤੇ ਫਿਰ ਉਹ ਐਸਾ ਐਸੀ ਮਿਹਰ ਦੀ ਨਜ਼ਰ ਉਹਦੇ 'ਤੇ ਪਾਉਣੀ ਕਿ ਉਹ ਨਿਹਾਲ ਹੀ ਹੋ ਜਾਂਦਾ। ਨਿਹਾਲ ਹੀ ਕਦੀ ਬਾਹਰਲੀਆਂ ਚੀਜ਼ਾਂ ਨਾਲ, ਦੁਨਿਆਵੀ ਚੀਜ਼ਾਂ ਜਾਂ ਦੁਨਿਆਵੀ ਰਸਾਂ ਨਾਲ ਕਦੀ ਨਿਹਾਲ ਨਹੀਂ ਹੋ ਸਕਦੇ, ਸਗੋਂ ਨਿਟਾਲ ਹੋਵਾਂਗੇ, ਨਿਟਾਲ ਹੋਵਾਂਗੇ। ਜਿਨ ਕੋ ਨਦਰ, ਮਹਾਰਾਜ ਜੀ ਸੇਜ਼, ਹੂਮ ਸੋ ਐਵਰ ਆਈ ਬਿਕਮ ਗਰੇਸਫੁਲ ਟੂ, ਆਈ ਬਿਕਮ ਮਰਸੀਫੁਲ ਟੂ, I throw a glance of grace at that being and make him walk the path, and that being becomes absolutely delighted, delighted. Kaisa kid? ਦੁਨੀਆ ਲੱਭ ਰਹੀ ਹੈ ਉਹ ਨਿਹਾਲਪੁਣਾ ਬਾਹਰ ਦੁਕਾਨਾਂ 'ਚੋਂ, ਸਟੋਰਾਂ 'ਚੋਂ, ਹਾਂਜੀ ਹੋਰਨਾਂ ਚੀਜ਼ਾਂ 'ਚੋਂ। ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ। ਜਿਨ ਕੋ ਨਦਰ ਨਾਨਕ ਨਦਰੀ ਨਦਰ। ਜਿਨ ਕੋ ਨਦਰ ਜਿਨ ਕੋ ਨਦਰ ਜਿਨ ਕੋ ਨਦਰ ਜਿਨ ਕੋ ਨਦਰ ਨਾਨਕ ਨਦਰੀ ਜਿਨ ਕੋ ਨਦਰ ਨਾਨਕ ਨਦਰੀ ਜਿਨ ਕੋ ਪ੍ਰਭ ਸਰਨਾਗਤੀ
ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸੈ ਹਰ ਪਰਮਾਤਮਾ ਕਹਿੰਦੇ ਇੱਕ ਅੱਖਰ ਨਾਲ ਪਰਮਾਤਮਾ ਅੰਦਰ ਵਸਣ ਲੱਗ ਪੈਂਦਾ ਏਕ ਅੱਖਰ ਹਰ ਮਨ ਵਸੈ ਵਾਹਿਗੁਰੂ ਏਕ ਅੱਖਰ ਹਰ ਮਨ ਬਸਤ ਬਸਤ ਵਸਣ ਲੱਗ ਜਾਂਦਾ ਹੈ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਹਰ ਮਨ ਨਾਨਕ ਹੋਤ ਨਿਹਾਲ ਏਕ ਅੱਖਰ ਹਰ ਮਨ ਬਸਤ ਏਕ ਅੱਖਰ ਹਰ ਮਨ ਬਸਤ ਏਕ ਅੱਖਰ ਏਕ ਅੱਖਰ ਹਰ Maharaj says everything in the universe can be talked about with words. His creation, we can talk about it with words. We can talk about it. But the Creator Himself, how to talk about Him? ਜਿਨ ਇਹ ਲਿਖੈ ਤਿਸ ਸਿਰ ਨਾਹੀ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਪਾਰ ਹੋਏ ਅੱਖਰੀ ਨਾਮ ਅੱਖਰੀ ਸਲਾਹ ਅੱਖਰਾਂ ਨਾਲ ਅੱਖਰੀ ਗੀਤ ਗਿਆਨ ਗੁਣਗਾ ਅੱਖਰੀ ਲਿਖਣ ਬੋਲਣ ਬਾਨ ਅੱਖਰਾ ਸਿਰ ਸੰਜੋਗ ਵਖਾਨ ਜਿਨ ਇਹ ਲਿਖੇ ਤੇ ਸਿਰ ਨਾਹੀ ਜਿੰਨੇ ਪਰਮਾਤਮਾ ਨੇ ਅੱਖਰ ਲਿਖੇ ਉਹ ਅੱਖਰਾਂ ਦੇ ਨਾਲ ਨਹੀਂ ਜੇ ਫਰਮਾਏ ਤੇ ਉੱਤੇ ਉਪਾਏ ਉਹ ਤਾਂ ਜਿਸ ਤਰ੍ਹਾਂ ਹੁਕਮ ਕਰਤਾ ਉਸ ਤਰ੍ਹਾਂ ਹੋ ਰਿਹਾ ਬਟ ਮਹਾਰਾਜ ਜੀ ਸੇਜ਼ ਦੈਟ ਦ ਵਨ ਹੂ ਬਿਕਮਸ unattached to the worldly things and comes to me, I become merciful and give him or her a word so unique that with that word the God starts dwelling within you. That word is so beautiful, so unique, so powerful. ਕਿਉਂ ਅੱਖਰ ਪਰਮਾਤਮਾ ਨੂੰ ਆਪਣੇ ਘਰ ਲੈ ਆਉਂਦਾ ਹੈ ਉਸ ਅੱਖਰ ਵਿੱਚ ਕਿੰਨੀ ਪਾਵਰ ਹਾਂਜੀ ਮਹਾਰਾਜ ਜੀ ਇੱਕ ਸ਼ਬਦ ਵਿੱਚ ਕਹਿੰਦੇ ਕਿ ਇਹ ਜੋ ਸ਼ਬਦ ਹੈ ਵਾਹਿਗੁਰੂ ਇਹ ਵਾਹਿਗੁਰੂ ਨਾਲੋਂ ਵੀ ਉੱਚਾ ਕਿਉਂਕਿ ਵਾਹਿਗੁਰੂ ਨੂੰ ਲੈ ਆਉਂਦਾ ਪਿਆਰ ਨਾਲ ਕਹਿੰਦੇ ਕਿਉਂਕਿ ਹੈ ਦੋਵੇਂ ਇੱਕੋ ਹੀ ਚੀਜ਼ ਪਰ ਪਿਆਰ ਨਾਲ ਕਹਿੰਦੇ ਕਿ ਇਹਦੇ 'ਚ ਕਿੰਨੀ ਪਾਵਰ ਕਿ ਇਹ ਵਾਹਿਗੁਰੂ ਨੂੰ ਹੀ ਲੈ ਆਉਂਦਾ ਜੀ ਮਹਾਰਾਜ ਜੀ ਕਹਿੰਦੇ
ਇਹ ਜਗਵਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋਈ ਨਹੀਂ ਖਾਲੀ। ਇਹ ਜਗਵਾੜੀ ਮੇਰਾ ਪ੍ਰਭ ਮਾਲੀ ਕਿ ਦੁਨੀਆ ਬਾਗ ਹੈ, ਉਹ ਦੁਨਿਆਵੀ ਬਾਗ ਹੈ, ਇੱਕ ਇਸ ਬਾਗ ਵਿੱਚ ਹੋਰ ਬਾਗ ਜਿਹੜਾ ਸੱਚ ਦਾ ਬਾਗ, ਸਾਧ ਸੰਗਤ ਜਿਸ ਨੂੰ ਆਖਦੇ, ਸਾਧੂਆਂ ਦਾ, ਜਿੱਥੇ ਸਾਧੂ ਵੱਸਦੇ। ਆਪਾਂ ਸਾਰੇ ਸਾਧੂ ਹਾਂ, ਕਿਉਂਕਿ ਸਿਰਫ ਸਾਧੂ ਹੀ ਇਸ ਬਾਗ ਵਿੱਚ ਆਉਂਦੇ ਜੋ ਸੱਚ ਦੇ ਵਣਜਾਰੇ ਹੁੰਦੇ, ਜੋ ਸੱਚ ਦੀ ਮਹਿਕ ਲੈਣੀ ਚਾਹੁੰਦੇ। ਬਾਕੀ ਦੁਨਿਆਵੀ ਬਾਗ ਵਿੱਚ, ਉਹ ਦੁਨਿਆਵੀ ਬਾਗ ਹੈ, ਇਹ ਸੱਚ ਦਾ ਬਾਗ ਹੈ। ਅਤੇ ਸੱਚ ਦੇ ਬਾਗ ਵਿੱਚ ਅਸੀਂ ਦੇਖਦੇ ਜੀ, ਜਿੱਥੇ ਅਸੀਂ ਜਿਸ ਘਰ ਵਿੱਚ ਰਹਿੰਦੇ ਉੱਥੇ ਵੀ ਕਿਸ ਤਰ੍ਹਾਂ ਸੰਗਤ ਜਿਹੜੇ ਉਹਨੂੰ ਪਿਆਰ ਕਰਦੇ ਰਾਤ ਦਿਨੇ ਉਹਦਾ ਨਾਮ, ਹਾਂਜੀ, ਉਹਨਾਂ ਦੇ ਮੁੱਖ ਵਿੱਚ ਹੋਰ ਕੋਈ ਨਾਮ ਹੀ ਨਹੀਂ। ਜਿਸ ਤਰ੍ਹਾਂ ਉਹ ਪਤੰਗਾ ਹੁੰਦਾ ਗਰਮੀਆਂ ਵਿੱਚ ਨਾ, ਜਦੋਂ ਰਾਤ ਨੂੰ ਲਾਈਟ ਜਗਾਈਏ ਤਾਂ ਪਤੰਗੇ ਦੌੜ ਕੇ ਆਉਂਦੇ ਲਾਈਟ ਵੱਲ। ਉਹ ਇੰਨਾ ਪਿਆਰ ਕਰਦੇ ਉਸ ਲਾਈਟ ਨੂੰ ਕਿ ਉਹਨਾਂ ਨੂੰ ਕਿਸੇ ਹੋਰ ਚੀਜ਼ ਦੀ ਪਰਵਾਹ, ਹੋਰ ਕੁਛ ਦਿਸਦਾ ਹੀ ਨਹੀਂ ਉਹਨਾਂ ਨੂੰ, ਸਿਰਫ ਉਹ ਲਾਈਟ ਦਿਸਦੀ। ਅਤੇ ਉਹ ਸਿੱਧੇ ਦੌੜ ਕੇ ਉਸ ਲਾਈਟ ਵੱਲ ਜਾਂਦੇ, ਅਤੇ ਉਹ ਅੱਗੋਂ ਇਹ ਪਤੰਗੇ ਵਿਚਾਰੇ ਬਹੁਤ ਕੋਮਲ ਜਿਹੇ ਹੁੰਦੇ, ਅਤੇ ਲਾਈਟ ਬਹੁਤ ਗਰਮ ਹੁੰਦੀ, ਜਿਉਂ ਹੀ ਉਹਦੇ ਵਿੱਚ ਵੱਜਦੇ ਅਤੇ ਸੜ ਜਾਂਦੇ। ਹਰ ਪਤੰਗਾ ਜਾਂਦਾ ਉਹਦੇ 'ਚ ਜਾਂਦਾ, ਸੜ ਜਾਂਦਾ, ਦੂਸਰੇ ਪਤੰਗੇ ਦੇਖ ਰਹੇ ਹਨ ਕਿ ਉਹ ਜਿਹੜਾ ਜਾਂਦਾ ਉੱਥੇ ਮੌਤ ਹੋ ਜਾਂਦੀ, ਪਰ ਫਿਰ ਵੀ ਉਹ ਆਪਣੇ ਆਪ ਨੂੰ ਰੋਕ ਕੇ ਨਹੀਂ ਰੱਖ ਸਕਦੇ। ਇਸ ਤਰ੍ਹਾਂ ਦਾ ਉਹਨਾਂ ਦਾ ਪਿਆਰ ਪਰਮਾਤਮਾ, ਉਹ ਫਿਰ ਵੀ ਦੇਖਦਿਆਂ ਹੋਇਆਂ ਕਿ ਉੱਥੋਂ ਮੁੜ ਕੇ ਨਹੀਂ ਕਦੀ ਕੋਈ ਆਇਆ। ਇਸੇ ਤਰ੍ਹਾਂ ਹੀ ਜਿਹਨੇ ਪਰਮਾਤਮਾ ਨਾਲ ਪਿਆਰ ਪਾਇਆ ਉਹ ਵੀ ਮੁੜ ਕੇ ਕਦੀ ਨਹੀਂ ਆਇਆ, ਉਹਨੂੰ ਦੁਨੀਆ ਲੱਭਦੀ ਰਹੀ। ਫਿਰ ਦਾਦਰ ਡੇ ਮਾਈ ਡਾਟਰ ਐਨ ਗੇਵ ਮੀ ਅ ਨੋਟ ਐਂਡ ਦੈਟ ਸੈਟ ਦ ਵਰਲਡ ਇਜ਼ ਫਾਰ ਦ ਵਰਲਡ ਹੈਜ਼ ਸਟੋਪਡ ਲੁਕਿੰਗ ਫਾਰ ਮੀ, ਦੇ ਹੈਵ ਰੀਅਲਾਈਜ਼ਡ ਦੈਟ ਦੇ ਕੈਨੋਟ ਫਾਈਂਡ ਮੀ, ਕਿ ਦੁਨੀਆ ਹੁਣ ਮੈਨੂੰ ਲੱਭਦੀ ਨਹੀਂ। ਉਹਨਾਂ ਨੇ ਜਾਣ ਲਿਆ ਹੈ ਕਿ ਮੈਨੂੰ ਉਹ ਲੱਭ ਨਹੀਂ ਸਕਦੇ ਹੁਣ। ਸੋ ਜਿਹੜਾ ਪਰਮਾਤਮਾ ਦੇ ਰਸਤੇ 'ਤੇ ਗਿਆ ਉਹਨੂੰ ਵੀ ਦੁਨੀਆ ਨਹੀਂ ਲੱਭ ਸਕਦੀ, ਉਹਨੂੰ ਦੁਨੀਆ ਨਹੀਂ, ਉਹਦੇ ਸਰੀਰ ਨੂੰ ਤਾਂ ਲੱਭ ਸਕਦੀ ਹੈ ਪਰ ਉਹ ਕਿੱਥੇ ਹੈ ਅੰਦਰ, ਉਹਨੂੰ ਨਹੀਂ ਲੱਭ ਸਕਦੀ। ਦੁਨੀਆ ਵਾਲਿਆਂ ਨੂੰ ਆਪਾਂ ਲੱਭ ਸਕਦੇ ਹਾਂ ਕਿ ਉਹਨਾਂ ਦੀ ਸੁਰਤੀ ਕਿੱਥੇ ਹੈ, ਪਰ ਜਿਹੜਾ ਉਹਦੇ ਰਸਤੇ 'ਤੇ ਗਿਆ ਉਹਨੂੰ ਨਹੀਂ। ਇਹ ਸੱਚ ਦੇ ਬਾਗ 'ਤੇ ਐਜ਼ ਮੌਤ ਫਲਾਈਜ਼ ਡਾਇਰੈਕਟਲੀ ਟੂ ਦਾ ਲਾਈਟ ਇਟ ਲਵਸ ਐਂਡ ਗੈਟਸ ਪੈਰਿਸ਼ਡ ਆਊਟ ਆਫ ਲਵ ਫਾਰ ਦੈਟ ਲਾਈਟ, ਦ ਸੇਮ ਵੇ ਹਿਸ ਲਵਰਸ ਜਸਟ ਲਾਈਕ ਦੈਟ ਮੌਤ ਦੇ ਡਿਸਟਰੋਏ ਦੈਮਸੈਲਵਸ ਟੂ, ਦੇ ਗੈਟ ਡਿਸਟਰੋਇਡ, ਦੇਅਰ ਮਾਇੰਡ ਗੈਟਸ ਡਿਸਟਰੋਇਡ ਐਂਡ ਦੇ ਫਲਾਈ ਡਾਇਰੈਕਟਲੀ ਟੂ ਹਿਮ, ਲੀਵਿੰਗ ਐਵਰੀਥਿੰਗ ਬਿਹਾਈਂਡ। ਹਾਂਜੀ, ਦ ਅਦਰ ਡੇ ਵਟ ਵੀ ਆਰ ਗੋਇੰਗ ਟੂ ਸਿੰਗ, ਦ ਅਦਰ ਡੇ ਆਈ ਵੈਂਟ ਟੂ ਦੈਟ ਗਾਰਡਨ ਆਫ ਟਰੂਥ, ਵੇਅਰ ਵੀ ਆਰ ਸਿਟਿੰਗ ਇਜ਼ ਦ ਗਾਰਡਨ ਆਫ ਟਰੂਥ। ਦ ਅਦਰ ਡੇ ਆਈ ਵੈਂਟ ਟੂ ਗਾਰਡਨ ਆਫ ਟਰੂਥ to see how they look who are imbued with his love, and I saw that they were flying directly to him,
They were just like moths. They were in love with him. They had nothing else in their hands. All there was in their consciousness was him, their beloved. ਇਸ ਤਰ੍ਹਾਂ ਦਾ ਉਹਦੇ ਨਾਲ ਪਿਆਰ ਪਾਉਣਾ ਇਹ ਸਾਧ ਸੰਗਤ ਸੱਚ ਦਾ ਬਾਗ ਅਤੇ ਆਪਾਂ ਸਾਰੇ ਸੱਚ ਦੇ ਵਣਜਾਰੇ ਜਿਸ ਤਰ੍ਹਾਂ ਉਹ ਪਤੰਗਾ ਲਾਈਟ ਦਾ ਵਣਜਾਰਾ ਹੁੰਦਾ ਅਤੇ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੰਦਾ ਉਹਦੇ ਤੋਂ ਬਾਗ ਸੱਚ ਦੇ ਸਾਂ ਤੱਕਣ ਗਈ ਜੋ ਉਹਦੇ ਨਾਰੰਗੇ ਨੇ ਬਾਗ ਸੱਚ ਦੇ ਸਾਂ ਤੱਕਣ ਗਈ ਜੋ ਉਹਦੇ ਨਾਰੰਗੇ ਨੇ ਬਾਗ ਸੱਚ ਦੇ ਸਾਂ ਤੱਕਣ ਜੋ ਉਹਦੇ ਨਾਰੰਗੇ ਨੇ ਬਾਗ ਸੱਚ ਦੇ ਸਾਂ ਬਾਗ ਸੱਚ ਦੇ ਸਾਂ ਤੱਕਣ ਗਏ ਜੋ ਉਹਦੇ ਨਾਰੰਗੇ ਬਾਗ ਸੱਚ ਦੇ ਸਾਂ ਤੱਕਣ ਜੋ ਉਹਦੇ ਬਾਗ ਸੱਚ ਦੇ ਸਾਂ ਤੱਕਣ ਗਏ ਬਾਗ ਸੱਚ ਦੇ ਸਾਂ ਤੱਕਣ ਗਏ ਉਹਦੇ ਨਾਰੰਗੇ ਨੇ ਅਗ ਸੱਚ ਦੇ ਸਾਂ ਵੇਖੇ ਉੱਡ ਉੱਡ ਫਿਦਾ ਹੁੰਦੇ ਫਿਦਾ ਕੁਰਬਾਨ ਹੁੰਦੇ ਉਹਦੇ ਤੋਂ ਆਈ ਸਾ ਦੈਮ ਸੈਕਰੀਫਾਈਸਿੰਗ ਦੈਮਸੈਲਵਸ ਐਂਡ ਟੂ ਹਿਮ ਆਊਟ ਆਫ ਲਵ ਫਾਰ ਹਿਮ ਵੇਖੇ ਉੱਡ ਉੱਡ ਫਿਦਾ ਹੁੰਦੇ ਉਹ ਇਸ਼ਕ ਪਤੰਗੇ ਨੇ ਵੇਖੇ ਉੱਡ ਉੱਡ ਫਿਦਾ ਹੁੰਦੇ ਉਹ ਇਸ਼ਕ ਪਤੰਗੇ ਨੇ ਵੇਖੇ ਉੱਡ ਉੱਡ ਫਿਦਾ ਹੁੰਦੇ ਉਹ ਵੇਖੇ ਉੱਡ ਉੱਡ ਫਿਦਾ ਹੁੰਦੇ ਵੇਖੇ ਉੱਡ ਉੱਡ ਫਿਦਾ ਉਹ ਇਸ਼ਕ ਵੇਖੇ ਉੱਡ ਉੱਡ ਫਿਦਾ ਹੁੰਦੇ ਉਹ ਇਸ਼ਕ ਪਤੰਗੇ ਨੇ ਉਹ ਇਸ਼ਕ ਪਤੰਗੇ ਨੇ ਉੱਡ ਉੱਡ ਫਿਰ
ਗੱਲ ਕਰਦੇ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਫਿਰ ਤਾਂ ਹੋ ਸੁੱਖ ਸੁਖਾਲੀ ਸੁੱਤੀ ਜਾਂ ਗੁਰਮਿਲ ਸੱਜਣ ਲੱਦਾ। ਫਿਰ ਮਹਾਰਾਜ ਜੀ ਕਹਿੰਦੇ ਲਾਥੀ ਭੁੱਖ ਤ੍ਰਿਸ਼ਨਾ ਸਭ ਲਾਥੀ। ਕਦੀ ਦੁਨੀਆ ਸਾਰੀ ਦੁਨੀਆ ਵੀ ਆਪਾਂ ਨੂੰ ਮਿਲ ਜਾਏ, ਭੁੱਖਿਆਂ ਭੁੱਖ ਨਾ ਉਤਰੀ ਬੰਨਾਂ ਪੁਰੀਆਂ ਪਾਰ, ਆਪਣਾ ਮਨ ਕਦੀ ਤ੍ਰਿਪਤ ਨਹੀਂ ਹੋ ਸਕਦਾ। ਸਾਰੀ ਦੁਨੀਆ ਆਹ ਦੁਨੀਆ ਤਾਂ ਕੀ, ਮਹਾਰਾਜ ਜੀ ਕਹਿੰਦੇ ਸਾਰੇ ਬ੍ਰਹਿਮੰਡ ਦੀਆਂ। ਹਾਂਜੀ, ਅਤੇ ਇੱਕ ਤਰੀਕਾ ਇੱਕ ਅੱਖਰ ਮਹਾਰਾਜ ਜੀ ਕਹਿੰਦੇ ਸਾਡੇ ਕੋਲ ਹੈ, ਜਿਹਦੇ 'ਤੇ ਅਸੀਂ ਮਿਹਰਬਾਨ ਹੋ ਜਾਈਏ ਉਹਨੂੰ ਦਿੰਦੇ। ਫਿਰ ਉਹਦੇ ਨਾਲ ਲਾਥੀ ਭੁੱਖ ਤ੍ਰਿਸ਼ਨ ਸਭ ਲਾਥੀ, ਲਾਥੀ ਭੁੱਖ ਤ੍ਰਿਸ਼ਨ ਸਭ ਲਾਥੀ। ਚਿੰਤਾ ਸਗਲ ਬਿਸਾਰੀ, ਚਿੰਤਾ ਸਗਲ ਬਿਸਾਰੀ, ਕਿ ਉਹਦੇ ਨਾਲ ਸਾਰੀ ਭੁੱਖ ਲੱਥ ਜਾਂਦੀ, ਸਾਰੀ ਤ੍ਰਿਸ਼ਨਾ, ਸਾਰੀ ਚਿੰਤਾ ਦੂਰ ਹੋ ਜਾਂਦੀ। ਕਿਸ ਤਰ੍ਹਾਂ ਕਰ ਮਸਤਕ ਗੁਰ ਪੂਰੇ ਤਾਰਿਓ। ਗੁਰੂ ਜਦੋਂ ਮੱਥੇ 'ਤੇ ਹੱਥ ਰੱਖਦਾ ਹੈ ਆਪਣਾ, ਕਰ ਮਸਤਕ ਗੁਰ ਕਰ ਆਖਦੇ ਹੱਥ ਨੂੰ, ਕਰ ਮਸਤਕ ਗੁਰ ਪੂਰੇ ਰੱਖਿਓ, ਕਰ ਮਸਤਕ ਗੁਰ ਪੂਰੇ ਰੱਖਿਓ। ਕਰ ਮਸਤਕ ਗੁਰ ਪੂਰੇ ਰੱਖਿਓ, ਕਰ ਮਸਤਕ ਗੁਰ ਮਨ ਜੀਤੋ ਜਗ ਸਾਰੀ। ਸਾਰੀ ਆਖਦੇ ਖੇਡ ਨੂੰ, ਕਹਿੰਦੇ ਕਿ ਉਹ ਫਿਰ ਆਪਣਾ ਮਨ ਜਿੱਤ ਲੈਂਦਾ ਹੈ ਅਤੇ ਦੁਨੀਆ ਦੀ ਬਾਜੀ ਜਿੱਤ ਲੈਂਦਾ। ਨਹੀਂ ਤਾਂ ਕੱਲ੍ਹ ਕਹਿੰਦੇ ਸੀ ਨਾ ਕਿ ਖੇਲਤ ਖੇਲਤ ਅਨਕ ਜੋਨ ਆਏ ਦੁੱਖ ਪਾਏ।
ਇਹ ਖੇਡ ਹੈ ਦੁਨੀਆ, ਜਾਂ ਤਾਂ ਆਪਾਂ ਝੂਠੀ ਖੇਡ ਖੇਡਦੇ ਰਹੀਏ ਅਤੇ ਸੁਪਨਿਆਂ ਦੀ ਦੁਨੀਆ ਵਿੱਚ ਅੰਤ ਖਾਲੀ ਹੱਥ ਅਤੇ ਦੁਖੀ ਹੋ ਕੇ ਜਾਈਏ ਅਤੇ ਬਾਜੀ ਹਾਰ ਕੇ ਜਾਈਏ, ਜਾਂ ਇਸ ਬਾਗ ਵਿੱਚ ਆ ਕੇ ਬਾਜੀ ਜਿੱਤ ਕੇ ਜਾਈਏ। ਸਭ ਕੁਛ ਜੱਗ ਮਨ ਜੀਤੋ ਜੱਗ ਸਾਰੀ, ਜੱਗ ਦੀ ਬਾਜੀ ਜਿੱਤ ਕੇ ਲਾਈਫ। ਮਹਾਰਾਜ ਜੀ ਸੇਸ ਲਾਈਫ ਇਜ਼ ਅ ਗੇਮ, ਦਿਸ ਗੇਮ ਕੈਨ ਬੀ ਪਲੇਡ ਟੂ ਵੇਜ਼, ਵਨ ਵੇਜ਼ ਟੂ ਪਲੇ ਇਟ ਇਨ ਦਾ ਵਰਲਡ ਵੇਅਰ ਯੂ ਰਿਮੇਨ ਥਰਸਟੀ ਐਂਡ ਵਰੀਡ ਆਲ ਦਾ ਟਾਈਮ ਐਂਡ ਲੀਵ ਐਮਪਟੀ ਹੈਂਡਡ ਇਨ ਅ ਸਾਰੋਫੁਲ ਸਟੇਟ ਆਫ ਬੀ। You go, you leave this world totally uncontent. And the second way of playing the game is to play this game of truth, game of love with Him. And you, and what a beautiful game this is, game of love. In the worldly so-called game of love, you lose. You lose everything. Here, you gain everything. There you lose your own consciousness. You become attached and your consciousness cannot stay with you because you are attached to someone else. Your consciousness is attached to someone else. Here you are free and you have the bliss which in the world cannot be even dreamed about. Apan jit ke jana duniya, jit ke jana, e baji jit ke jana, bahut vaddi baji. Ek akhar ਹਰ ਮਨ ਬਸਤ ਨਾਨਕ ਹੋਤ ਨਿਹਾਲ, ਅਤੇ ਨਾਲੇ ਜਿਨ੍ਹਾਂ ਨੇ ਹਾਂਜੀ ਪਰਮਾਤਮਾ ਆਪਣੇ ਅੰਦਰ ਵੱਸ ਰਹੇ, ਆਪਣੇ ਸਵਾਸ ਚਲਾ ਰਹੇ, ਆਪਣਾ ਦਿਲ ਚਲਾ ਰਹੇ, ਦਿਲ ਵਿੱਚ ਧੜਕ ਰਹੇ, ਨਬਜ਼, ਇਮਿਊਨ ਸਿਸਟਮ, ਐਵਰੀਥਿੰਗ, ਸਭ ਕੁਛ ਅੰਦਰ ਮਹਾਰਾਜ ਜੀ ਕਰ ਰਹੇ, ਪਰ ਉਹ ਛੁਪੇ ਹੋਏ ਆਪਣੇ ਸਾਹਮਣੇ ਨਹੀਂ ਆਉਂਦੇ। ਆਪਾਂ ਨੂੰ ਉਹ ਉਹਨਾਂ ਦੀ ਸੰਗਤ ਦਾ, ਜੋ ਉਹਨਾਂ ਦੇ ਨਾਲ ਮਿਲਣ ਦਾ ਸੁੱਖ, ਸ਼ਾਂਤੀ, ਆਨੰਦ, ਰਸ, ਉਹ ਨਹੀਂ ਮਿਲਦਾ। ਅੰਮ੍ਰਿਤ ਛਕਣ ਨਾਲ ਫਿਰ ਉਹ ਅੱਖਰ ਮਹਾਰਾਜ ਜੀ ਦਿੰਦੇ ਅਤੇ ਉਹ ਅੱਖਰ ਆਪਾਂ ਨੂੰ ਆਪਣੇ ਅੰਦਰ ਪਰਮਾਤਮਾ ਨੂੰ ਪ੍ਰਗਟ ਕਰਦਾ। ਪਰਮਾਤਮਾ ਪ੍ਰਗਟ ਹੁੰਦਾ, ਫਿਰ ਉਹਦੇ ਨਾਲ ਰਹੀਦਾ ਅਤੇ ਹੌਲੀ ਹੌਲੀ ਉਹਦੇ ਵਿੱਚ ਸਮਾ ਜਾਵਾਂਗੇ। ਅਤੇ ਜਿਸ ਤਰ੍ਹਾਂ ਪਰਮਾਤਮਾ ਆਨੰਦ ਵਿੱਚ ਅਤੇ ਬੇਪਰਵਾਹ, ਉਸੇ ਤਰ੍ਹਾਂ ਆਪਾਂ ਆਨੰਦ ਵਿੱਚ ਅਤੇ ਬੇਪਰਵਾਹ। ਜੇ ਮਾਨਸ ਦੇਹੀ ਨਹੀਂ ਤਾਂ ਦੁੱਖਾਂ ਦਾ ਘਰ, ਚਿੰਤਾ ਦਾ ਘਰ, ਫਿਕਰਾਂ ਦਾ ਘਰ, ਬੇਪਰਵਾਹ। ਅੰਮ੍ਰਿਤ ਛਕਾਂਗੇ ਅਤੇ ਆਪਣਾ ਮਨ ਨਾਮ ਜਪਣ ਨਾਲ ਇਹ ਜੋ ਦੌੜਿਆ ਫਿਰਦਾ ਇਹਨੇ ਲਾਗੇ ਲਾਗੇ ਆਉਣ ਲੱਗਣਾ, ਘਰ ਅੰਦਰ ਇਹਨੂੰ ਮਹਿਸੂਸ ਹੋਣ ਲੱਗਣਾ ਫਿਰ ਕਿ ਅੰਦਰ ਕੀ ਹੋ ਰਿਹਾ। ਫਿਰ ਅੰਦਰ ਪਰਮਾਤਮਾ ਪ੍ਰਗਟ ਹੋਣਗੇ ਅਤੇ ਦਿਸਣ ਲੱਗੂ ਕਿ ਅੰਦਰ ਇਹ ਤਾਂ ਕਹਾਣੀ ਹੋਰ ਹੈ। ਫਿਰ ਦਿਸੂ ਕਿ ਦਿਨ ਰਾਤੀ ਦਿਲ ਦਰਵਾਜਾ
ਕੌਣ ਪਿਆ ਖੜਕਾਵੇ। ਇਹ ਦਿਲ ਵਿੱਚ ਜੋ ਧੜਕਣ ਚੱਲ ਰਹੀ ਹੈ, ਇਹ ਕੌਣ ਮੇਰੇ ਦਿਲ ਦਾ ਦਰਵਾਜ਼ਾ ਖੜਕਾ ਰਿਹਾ, ਕੌਣ ਹੈ? ਡੇ ਐਂਡ ਨਾਈਟ ਸੰਬੋਡੀ ਇਜ਼ ਨੋਕਿੰਗ ਐਟ ਦ ਡੋਰ ਆਫ ਮਾਈ ਹਾਰਟ, ਹੂ ਇਜ਼ ਦੈਟ ਪਰਸਨ, ਹੂ ਇਜ਼ ਹੀ? ਦੁਨੀਆ ਬਦਲ ਜਾਂਦੀ, ਸਾਰੀ ਦੁਨੀਆ ਬਦਲ ਜਾਏ, ਕਿਉਂ ਆਪਣੀ ਦੁਨੀਆ ਬਦਲ ਜਾਏਗੀ, ਇੰਨੀ ਪਿਆਰੀ ਦੁਨੀਆ। ਦਿਨ ਰਾਤੀ ਦਿਲ ਦਰਵਾਜ਼ਾ ਕੌਣ ਪਿਆ ਖੜਕਾਵੇ, ਦਿਨ ਰਾਤੀ ਦਿਲ ਦਰਵਾਜ਼ਾ ਕੌਣ ਪਿਆ ਖੜਕਾਵੇ, ਦਿਨ ਰਾਤ ਦਿਲ ਦਰਵਾਜ਼ਾ ਕੌਣ ਪਿਆ ਖੜਕਾ, ਦਿਲ ਦਰਵਾਜ਼ਾ ਕੌਣ ਪਿਆ ਖੜਕਾਵੇ, ਦਿਨ ਰਾਤੀ ਦਿਲ ਦਰਵਾਜ਼ਾ ਦਿਨ ਰਾਤੀ ਦਿਲ ਦਰਵਾਜ਼ਾ ਦਿਨ ਰਾਤੀ ਦਿਲ ਦਰਵਾਜ਼ਾ ਦਿਨ ਰਾਤੀ ਦਿਲ ਦਰਵਾਜ਼ਾ ਦਿਨ ਰਾਤੀ ਦਿਨ ਰਾਤੀ ਦਿਲ ਦਰ ਦਿਨ ਰਾਤੀ ਦਿਨ ਰਾਤੀ ਇਹ ਪ੍ਰੇਮ ਮਧੁਰਤਾ ਦੇ ਗੀਤ। ਫਿਰ ਜਿਉਂ ਜਿਉਂ ਆਪਾਂ ਅੰਦਰ ਜਾਵਾਂਗੇ, ਅੰਦਰ ਦੇ ਸੂ ਜਿਸ ਨੂੰ ਮਹਾਰਾਜ ਜੀ ਅਨਹਤ ਨਾਦ ਕਹਿੰਦੇ, ਕਿ ਸੰਗੀਤ ਵੱਜ ਰਿਹਾ ਬਹੁਤ ਪਿਆਰਾ, ਲਵਿੰਗ ਸਵੀਟ ਮਿਊਜ਼ਿਕ, ਸੌਂਗਸ, songs of love are being sung, sweet songs of love. Oh my mother, who is singing these? Jo bani aayi hai andaron aayi hai, andar keho ja geet han jo maharaj ji hore ne apan nu bakhshish kite, ek prem de geet, sweet loving songs. Ehe prem madurta madur akhde madur lafz madu to banya, madu shahd nu akhde, shahd varge mithe te prem de. Ehe prem madurta de geet neemae kaun gaave, ਇਹ ਪ੍ਰੇਮ ਮਧੁਰਤਾ ਦੇ ਗੀਤ ਨੀ ਮਾਏ ਕੌਣ ਗਾਵੇ, ਨੀ ਮਾਏ
ਇਹ ਪ੍ਰੇਮ ਮਦਰਤਾ ਦੇ ਗੀਤ ਇਹ ਪ੍ਰੇਮ ਮਦਰਤਾ ਦੇ ਇਹ ਪ੍ਰੇਮ ਮਦਰਤਾ ਇਹ ਪ੍ਰੇਮ ਇਹ ਪ੍ਰੇਮ ਮਦਰਤਾ ਦੇ ਗੀਤ ਇਹ ਪ੍ਰੇਮ ਮਦਰਤਾ ਦੇ ਗੀਤ ਇਹ ਪ੍ਰੇਮ ਮਧੁਰਤਾ ਦੇ ਗੀਤ ਕੌਣ ਗਾਵੇ ਇਹ ਪ੍ਰੇਮ ਇਹ ਪ੍ਰੇਮ ਮਧੁਰਤਾ ਦੇ ਗੀਤ ਇਹ ਪ੍ਰੇਮ ਨਿਮਾਏ ਇਹ ਪ੍ਰੇਮ ਮਧੁਰਤਾ ਦੇ ਗੀਤ ਇਹ ਪ੍ਰੇਮ ਨਿਮਾਏ ਕੌਣ ਜੇ ਜ਼ਿੰਦਗੀ ਮਾਨਸ ਦੇ ਹੀ ਕੀ ਚੀਜ਼ ਹੈ ਇਹਦੀ ਓਨਾ ਚਿਰ ਕਦਰ ਨਹੀਂ ਪਾਈ ਜਾ ਸਕਦੀ ਜਿੰਨਾ ਚਿਰ ਇਹ ਰਸ ਨਹੀਂ ਲਿਆ ਜਾਂਦਾ ਨਾਮ ਰਸ ਇਹ ਗੀਤ ਪਿਆਰਾਂ ਦੇ ਗੀਤ ਵਿਆਹ ਦੇ ਗੀਤ ਵਿਛੋੜੇ ਦੇ ਗੀਤ ਗੁਰਬਾਣੀ ਜੋ ਹੈ ਕਿਤੇ ਮਹਾਰਾਜ ਜੀ ਕਹਿੰਦੇ ਆਏ ਨਾ ਸਕਾਂ ਤੁਝ ਕੰਨੇ ਪਿਆਰੇ ਭੇਜ ਨਾ ਸਕਾਂ ਕੋਈ ਆਏ ਨਾ ਸਕਾਂ ਤੁਝ ਕੰਨੇ ਪਿਆਰੇ ਭੇਜ ਨਾ ਸਕਾਂ ਕੋਈ ਤੈਨੂੰ ਮਿਲਣਾ ਸੀ ਤੇਰੇ ਕੋਲ ਆ ਨਹੀਂ ਸਕਦੀ ਸੁਨੇਹਾ ਵੀ ਨਹੀਂ ਕਿਸੇ ਦੇ ਹੱਥ ਭੇਜ ਸਕਦੀ ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾਂ ਸੋਏ ਨੀਂਦ ਨੂੰ ਕਹਿਣਾ ਕਿ ਤੂੰ ਹੀ ਮੈਨੂੰ ਸੁਪਨੇ ਵਿੱਚ ਮਿਲਾ ਦੇ ਇੰਨੇ ਪਿਆਰੇ ਗੀਤ ਇਹ ਜਿੱਥੋਂ ਅੰਦਰੋਂ ਆਏ ਆਪਾਂ ਉੱਥੇ ਜਾਣਾ ਉੱਥੇ ਜਾਣਾ ਜੇ ਅੰਮ੍ਰਿਤ ਛਕਣਾ ਇਹ ਨਹੀਂ ਕਿ ਸਿਰਫ ਇੰਨਾ ਹੀ ਨਹੀਂ ਕਿ ਆਹ ਚੀਜ਼ ਨਹੀਂ ਖਾਣੀ ਉਹ ਨਹੀਂ ਪੀਣੀ ਇਹ ਤਾਂ ਪਸ਼ੂ ਪੰਛੀ ਵੀ ਕੀ ਹਨ ਉਹ ਚੀਜ਼ਾਂ ਨਹੀਂ ਖਾਂਦੇ ਪੀਂਦੇ ਅੰਮ੍ਰਿਤ ਛਕਣ ਨਾਲ ਜੋ ਮਹਾਰਾਜ ਜੀ ਕਹਿੰਦੇ ਇੱਕ ਅੱਖਰ ਹਰ ਮਨ ਬਸਤ ਮਹਾਰਾਜ ਜੀ ਉਹ ਅੱਖਰ ਦਿੰਦੇ ਵਾਹਿਗੁਰੂ ਸ਼ਬਦ ਆਪਾਂ ਇਸ ਤਰ੍ਹਾਂ ਜਪਦੇ ਰਹੀਏ ਉਹਦਾ ਨਹੀਂ ਉਹ ਅਸਰ ਹੁੰਦਾ ਉਹ ਜਦੋਂ
ਗੁਰੂ ਧਾਰਨ ਕਰਨਾ ਪੈਂਦਾ ਅਤੇ ਫਿਰ ਗੁਰੂ ਦਿੰਦਾ ਪੰਜਾਂ ਪਿਆਰਿਆਂ ਵਿੱਚੋਂ ਵਰਤ ਕੇ ਉਹ ਅੱਖਰ ਦਿੰਦਾ ਉਹ ਅੱਖਰ ਆਪਾਂ ਨੂੰ ਪਰਮਾਤਮਾ ਨਾਲ ਮਿਲਾਉਂਦਾ। ਪਰਸੋਂ ਸਵੇਰੇ ਅੰਮ੍ਰਿਤ ਸੰਚਾਰ ਹੋਣਾ ਇਸੇ ਜਗ੍ਹਾ 'ਤੇ, ਕੱਲ੍ਹ ਨੂੰ ਸਾਰੀ ਡਿਟੇਲਸ ਆਪਾਂ ਵੇਖਾਂਗੇ। ਕੱਲ੍ਹ ਸ਼ਾਮ ਨੂੰ ਜ਼ਰੂਰ ਆਉਣਾ, ਕਾਫੀ ਨਵੀਂ ਸੰਗਤ ਆਈ, ਬਹੁਤ ਪਿਆਰ ਨਾਲ ਜੀ ਆਇਆਂ ਨੂੰ, ਇਕੱਲੇ ਇਕੱਲੇ ਪ੍ਰਾਣੀ ਨੂੰ ਜੀ ਆਇਆਂ ਨੂੰ। ਜੇ ਅਕਾਲ ਪੁਰਖ ਦਾ ਦਰਬਾਰ ਹੈ ਗੁਰੂ ਨਾਨਕ ਸਾਹਿਬ ਜੀ ਦਾ, ਇੱਥੇ ਸੁੱਖ ਮਿਲਦਾ, ਸ਼ਾਂਤੀ ਮਿਲਦੀ, ਚੈਨ ਮਿਲਦਾ। ਦੁਨੀਆਂ 'ਚ ਕਿਤੇ ਸੁੱਖ ਸ਼ਾਂਤੀ ਚੈਨ ਨਹੀਂ। ਜ਼ਰੂਰ ਆਉਣਾ ਸੰਗਤ ਵਿੱਚ ਅਤੇ ਅੰਮ੍ਰਿਤ ਜ਼ਰੂਰ ਛਕਣਾ। ਇਹ ਸੋਚਣ ਵਾਲੀ ਗੱਲ ਨਹੀਂ ਹੈ ਜੀ ਕੋਈ, ਇਹ ਕੰਮ ਕਰਨ ਵਾਲਾ ਹੈ। ਆਪਾਂ ਉਹਨੂੰ ਮਿਲਣਾ ਜਿਸਨੇ ਆਪਾਂ ਨੂੰ ਬਣਾਇਆ, ਉਹਦੇ ਦਰਸ਼ਨ ਕਰਨੇ ਕਿ ਉਹ ਕਿਹੋ ਜਿਹਾ ਹੈ। ਬਹੁਤ ਬੀਬੇ ਸੀ ਜੀ ਆਇਆਂ ਨੂੰ।